ਅਤਿੰਦਰਪਾਲ ਸਿੰਘ ਹਾਜ਼ਰ ਹੈ YouTube ਚੈਨਲ C5 ਅਤੇ YouTube ਚੈਨਲ C5 ਪੰਥ ਖਾਲਸਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਸਿੱਖ ਕੌਮ ਦੀ ਹਾਲਤ ਅਤੇ ਸਿੱਖ ਬੁੱਧੀਜੀਵੀਆਂ ਅਤੇ ਉਸ ਤੋਂ ਵੀ ਵੱਧ ਸਰਗਰਮੀ ਨਾਲ ਕੰਮ ਕਰਨ ਵਾਸਤੇ ਜਿਹੜੀਆਂ ਧਿਰਾਂ, ਪੰਥਕ ਧਿਰਾਂ ਸਿੱਖ ਕੌਮ ਦੀ ਹੋਂਦ ਲਈ ਸਰਗਰਮ ਹਨ, ਸਾਰਿਆਂ ਦੀ ਹਾਲਤ ਬੜੀ ਤ੍ਰਾਸਦੀ ਜੀ ਵਾਲੀ ਬਣੀ ਹੋਈ ਹੈ। ਅਤੇ ਜਿਹੋ ਜਿਹੀਆਂ ਉਹਨਾਂ ਦੀਆਂ ਡਿਮਾਂਡ, ਜਿਹੋ ਜਿਹੀਆਂ ਉਹਨਾਂ ਦੀ ਵਰਕਿੰਗ ਪੈਟਰਨ ਹੈ, ਉਸ ਤੋਂ ਇਹ ਲੱਗਦਾ ਕਿ ਜਿਵੇਂ ਉਹ ਡੈਨ ਦੇ ਘਰ ਵਿੱਚੋਂ, ਮੈਂ ਰਿਪੀਟ ਕਰ ਰਿਹਾ, ਡੈਨ ਦੇ ਘਰੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਦੀ ਵਾਪਸੀ ਦੀ ਉਡੀਕ ਵਿੱਚ ਬੈਠੇ ਨੇ। ਮੈਂ ਫਿਰ ਰਿਪੀਟ ਕਰ ਦਿੰਦਾ, ਡੈਨ ਦੇ ਘਰੋਂ ਆਪਣੇ ਬੱਚਿਆਂ ਦੀ ਵਾਪਸੀ ਦੀ ਉਡੀਕ ਵਿੱਚ ਬੈਠੇ ਨੇ। ਅਤੇ ਜਿਹੜੇ ਐਕਟੀਵਿਸਟ ਨੇ ਜਾਂ ਜਿਹੜੇ ਦਲ ਬਣਾ ਕੇ ਜਾਂ ਧੜੇ ਬਣਾ ਕੇ ਕੰਮ ਕਰ ਰਹੇ ਨੇ, ਉਹਨਾਂ ਦੀ ਹਾਲਤ ਇਹ ਹੋ ਗਈ ਹੈ ਕਿ ਜਿਸ ਵੇਲੇ ਉਹ ਸੱਤਾ ਹੀ 'ਚ ਆ ਜਾਂਦੇ ਨੇ ਜਾਂ ਕਿਤੇ ਵੀ ਚੌਧਰੀ ਬਣ ਜਾਂਦੇ ਨੇ, ਸੱਤਾ ਤੋਂ ਇਲਾਵਾ ਕਿਤੇ ਵੀ ਚੌਧਰੀ ਬਣ ਜਾਂਦੇ ਨੇ, ਫਿਰ ਉਹ ਉਸ ਡੈਨ ਦੇ ਹਾਕਰ ਬਣ ਜਾਂਦੇ ਨੇ ਉਸ ਦਾ ਢਿੱਡ ਭਰਨ ਵਾਸਤੇ ਅਤੇ ਆਪਣੀ ਜਾਨ ਬਚਾਉਣ ਵਾਸਤੇ। ਆ ਸਿੱਖ ਕੌਮ ਦੀ ਵਰਤਮਾਨ ਲੀਡਰਸ਼ਿਪ ਦੀ, ਸਮਾਜ ਦੀ, ਛੋਟੇ ਤੋਂ ਵੱਡੇ ਆਗੂ ਦੀ, ਸਰਪੰਚ ਤੋਂ ਲੈ ਕੇ ਮੈਂਬਰ ਪਾਰਲੀਮੈਂਟ, MLA, ਚੀਫ ਮਿਨਿਸਟਰ ਤੱਕ ਅਤੇ ਮੁੱਖ ਮੰਤਰੀ ਤੱਕ ਦੀ ਹਾਲਤ, ਜੇ ਚਾਹੇ ਉਹ SGPC ਦਾ ਪ੍ਰਧਾਨ ਹੋਏ ਅਤੇ ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਕਰਦਾ ਹੋਏ ਅਤੇ ਪੰਚ ਸਿੰਘ ਸਮਾਨ ਹੋਣ, ਸਭ ਦੀ ਹਾਲਤ ਇੱਕੋ ਜਿਹੀ ਜੇ ਇਸ ਨੂੰ ਮੰਨ ਕੇ ਚੱਲੋ। ਕਿਉਂ? ਮੈਂ ਅੱਜ ਇਸ ਨੂੰ ਪ੍ਰਮਾਣਿਤ ਕਰਾਂਗਾ। ਪ੍ਰਮਾਣ ਵਿੱਚ ਇੱਕ ਨਿੱਕਾ ਜਿਹਾ ਉਦਾਹਰਣ ਤੁਹਾਡੇ ਸਾਹਮਣੇ, ਸਾਰਿਆਂ ਦੇ ਸਾਹਮਣੇ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ। ਭਾਈ ਗੁਰਦੇਵ ਸਿੰਘ ਕਾਂਕੇ ਦੀ ਸ਼ਹੀਦੀ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ, ਖੁੱਲ੍ਹ ਚੁੱਕੀ ਹੈ। ਮਤਲਬ ਜੋ ਗੁਪਤ ਰਾਜ ਸੀ ਉਹ ਖੁੱਲ੍ਹ ਗਏ ਨੇ। ਹੁਣ ਜਿਹੜੇ ਗੁਪਤ ਰਾਜ ਖੁੱਲ੍ਹ ਗਏ ਨੇ, ਔਰ ਉਹ ਗੁਪਤ ਰਾਜ ਉਹਨਾਂ ਦੇ ਰਾਜਕਾਲ ਵਿੱਚ ਖੁੱਲ੍ਹੇ ਨੇ ਜਿਹੜੇ ਇਨਸਾਫ ਦੇਣ ਲਈ ਅਤੇ ਕੁਛ ਇੱਕ ਦਿਨਾਂ ਵਿੱਚ ਹੀ ਪੰਜਾਬ ਦੀ ਹੋਣੀ ਅਤੇ ਸਿੱਖਾਂ ਨੂੰ ਇਨਸਾਫ ਦੇ ਮੁਕੰਮਲ ਸੰਤੁਸ਼ਟੀ ਕਰਾ ਦੇਣ ਦੇ ਦਾਅਵੇ ਕਰਕੇ ਆਏ ਸਨ। ਹੁਣ ਉਹ ਰਿਪੋਰਟ ਉਸੇ ਮੁੱਖ ਮੰਤਰੀ, ਮਤਲਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਵਿਭਾਗ ਨਾਲ ਸੰਬੰਧਿਤ ਹੈ। ਭਗਵੰਤ ਮਾਨ ਦੇ ਹੀ ਗ੍ਰਹਿ ਵਿਭਾਗ ਨੇ ਉਸ 'ਤੇ ਕਾਰਵਾਈ ਕਰਨੀ ਹੈ। ਰਿਪੋਰਟ ਖੁੱਲ੍ਹ ਚੁੱਕੀ ਹੈ। ਗ੍ਰਹਿ ਵਿਭਾਗ ਅੱਜ ਤੱਕ, ਭਗਵੰਤ ਮਾਨ ਅੱਜ ਤੱਕ ਔਰ ਕਿਸੇ ਵੀ ਸਿੱਖ ਆਗੂ ਨੇ ਅੱਜ ਤੱਕ ਪੰਜਾਬ ਸਰਕਾਰ ਤੋਂ ਮੰਗ ਨਹੀਂ ਕੀਤੀ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ, ਜੇ ਰਿਪੋਰਟ ਸਹੀ ਹੈ ਤਾਂ ਉਸ 'ਤੇ ਕਾਰਵਾਈ ਕਰੋ, ਜੇ ਰਿਪੋਰਟ ਡੁਪਲੀਕੇਟ ਹੈ ਤਾਂ ਉਸਦਾ ਵਿਰੋਧ ਕਰੋ, ਪ੍ਰਤੀਕਰਮ ਦਿਓ ਅਤੇ ਅਸਲ ਰਿਪੋਰਟ ਸਾਹਮਣੇ ਲਿਆਓ। ਕੁਛ ਤਾਂ ਹੋਣਾ ਚਾਹੀਦਾ ਸੀ ਨਾ ਜੀ? ਸਾਰੇ ਚੁੱਪ ਨੇ। ਕਾਂਗਰਸੀ MLA ਵੀ ਚੁੱਪ ਨੇ, ਅਕਾਲੀ ਦਲ ਦਾ MLA ਵੀ ਚੁੱਪ ਹੈ, ਵਿਰੋਧੀ ਧਿਰ ਵੀ ਚੁੱਪ ਹੈ, ਜਿਹੜਾ ਪੰਥਕ ਮੈਂਬਰ ਪਾਰਲੀਮੈਂਟ ਹੈ ਉਹ ਵੀ ਇਸ ਮੁੱਦੇ 'ਤੇ ਚੁੱਪ ਹੈ, ਸਿਮਰਨਜੀਤ ਸਿੰਘ ਮਾਨ। ਕਿਉਂ? ਕੀ ਵਜ੍ਹਾ ਹੈ? ਉਸਦੀ ਵਜ੍ਹਾ ਉਹੀ ਹੈ ਕਿ ਅਸੀਂ ਸਾਰੇ ਹੀ ਡੈਨ ਦੇ ਘਰੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਦੀ ਉਡੀਕ ਵਿੱਚ, ਆਸ ਵਿੱਚ ਸਮਾਂ ਬਿਤਾ ਰਹੇ ਹਾਂ। ਕਿੰਨੇ ਵੱਡੇ ਭੁਲੱਕੜਾਂ ਸੀ ਅਤੇ ਕਿੰਨੇ ਵੱਡੇ ਭੁਲੇਖੇ ਇੱਚਾਂ ਸੀ, ਅਤੇ ਸਾਨੂੰ ਕਈਓ ਜਿਹੀ ਮਾਨਸਿਕਤਾ ਵਿੱਚ
ਤੋੜ ਦਿੱਤਾ ਗਿਆ। ਇਸ ਦਾ ਫੈਸਲਾ ਤੁਸੀਂ ਆਪ ਕਰ ਲਓ। ਹੁਣ ਜਿਸ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਰਿਪੋਰਟ ਸਾਹਮਣੇ ਲਿਆਂਦੀ, ਉਹ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਦੇ ਘਰੋਂ ਰਿਪੋਰਟ ਸਾਹਮਣੇ ਲਿਆਂਦੀ। ਅਸੀਂ ਉਹਨਾਂ ਦੇ ਲੀਡਰ ਅਜੀਤ ਸਿੰਘ ਸੰਧੂ ਦਾ, ਜਿਨ੍ਹਾਂ ਨੇ ਇਸ ਵਿੱਚ ਸਹਾਇਤਾ ਕੀਤੀ, ਕਿਉਂਕਿ ਸਿਮਰਨਜੀਤ ਸਿੰਘ ਮਾਨ ਜੀ ਤਾਂ ਮੁੱਕਰੀ ਜਾ ਰਹੇ ਸਨ, ਉਹ ਤਾਂ ਮੁੱਕਰ ਵੀ ਚੁੱਕੇ ਸਨ। ਅਸੀਂ ਉਹਨਾਂ ਦਾ ਧੰਨਵਾਦ ਕੀਤਾ ਕਿ ਵੀ ਆਖਿਰ ਕੁਛ ਤਾਂ ਸਾਹਮਣੇ ਆਇਆ। ਹੁਣ ਉਹ ਰਿਪੋਰਟ ਕਿਉਂਕਿ ਬਕਾਇਦਾ ਕਾਨੂੰਨੀ ਤੌਰ 'ਤੇ ਲਈ ਗਈ ਹੈ ਅਤੇ ਜਾਣਕਾਰੀ ਦੇ ਐਕਟ ਦੇ ਤਹਿਤ ਲਈ ਗਈ ਹੈ, ਇਸ ਲਈ ਉਹ ਗਲਤ ਨਹੀਂ ਹੋ ਸਕਦੀ। ਪਰ ਜੇ ਗਲਤ ਹੈ ਤਾਂ ਫਿਰ ਜਿਨ੍ਹਾਂ ਨੇ ਜਾਣਕਾਰੀ ਦੇ ਐਕਟ ਦੇ ਤਹਿਤ ਉਹ ਗਲਤ ਰਿਪੋਰਟ ਦਿੱਤੀ ਹੈ ਉਹ ਵੀ ਦੋਸ਼ੀ ਮੰਨਦੇ ਨੇ। ਅਤੇ ਮੁੱਖ ਮੰਤਰੀ ਦੇ ਗ੍ਰਹਿ ਵਿਭਾਗ ਵੱਲੋਂ ਇੱਕ ਬਿਆਨ ਤਾਂ ਚਾਹੀਦਾ ਹੀ ਸੀ ਨਾ ਜੀ। ਹੁਣ ਆ ਜਾਓ ਉਸ ਤੋਂ ਅਗਲੀ ਗੱਲ ਕਰੀਏ। ਪੰਜਾਬ ਰਾਈਟ ਹਿਊਮਨ ਆਰਗੇਨਾਈਜੇਸ਼ਨ ਦੇ ਮੌਜੂਦਾ ਪ੍ਰਧਾਨ ਜਿਹੜੇ ਸਰਦਾਰ ਅਜੀਤ ਸਿੰਘ ਬੈਂਸ ਤੋਂ ਬਾਅਦ ਕਾਰਵਾਈ ਚਲਾ ਰਹੇ ਨੇ, ਸਰਦਾਰ ਸਰਬਜੀਤ ਸਿੰਘ ਜੀ ਵੇਰਕਾ, ਉਹਨਾਂ ਦਾ ਮੈਂ ਇੰਟਰਵਿਊ ਕੀਤਾ। ਉਹਨਾਂ ਨੇ ਬੜੇ ਅੱਛੇ ਲਫਜ਼ਾਂ 'ਚ ਕਿਹਾ, ਕਿਉਂਕਿ ਅਕਾਲ ਤਖ਼ਤ ਸਾਹਿਬ ਨਾਲ ਸੰਬੰਧਿਤ ਰਿਪੋਰਟ ਸੀ, ਉਹਨਾਂ ਦੇ ਜਥੇਦਾਰ ਸਾਹਿਬ ਨਾਲ ਸੰਬੰਧਿਤ ਰਿਪੋਰਟ ਸੀ, ਅਤੇ ਇੱਕ ਜਥੇਦਾਰ ਨਾਲ ਜੇ ਇੰਝ ਹੋ ਸਕਦਾ ਤਾਂ ਸਮੁੱਚੀ ਕੌਮ ਨਾਲ ਇੰਝ ਹੋ ਸਕਦਾ। ਇਸ ਲਈ ਅਸੀਂ ਚਾਹੁੰਦੇ ਸਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਦਾ ਨੋਟਿਸ ਲੈਣ ਅਤੇ ਕਾਰਵਾਈ ਕਰਵਾਉਣ। ਕਾਰਵਾਈ ਕੀ ਹੋਈ ਹੈ? ਸ੍ਰੀ ਅਕਾਲ ਤਖ਼ਤ ਸਾਹਿਬ ਨੇ, ਮੈਂ ਉਹਨਾਂ ਦੇ ਜਥੇਦਾਰ ਸਾਹਿਬ ਦੀ ਗੱਲ ਕਰਦਾ, ਜਦੋਂ ਅਕਾਲ ਤਖ਼ਤ ਸਾਹਿਬ ਦਾ ਨਾਂ ਲਿਆ ਜਾਂਦਾ ਤਾਂ ਮੁੱਦਾ ਹੀ ਹੁੰਦਾ ਜਿਹੜਾ ਉੱਥੇ ਇਸ ਵੇਲੇ ਜਥੇਦਾਰੀ ਕਰ ਰਿਹਾ। ਉਹਨਾਂ ਨੇ ਬਾਦਲ ਕਿਆਂ ਦੇ ਮੁਜਾਰਿਆਂ ਐਡਵੋਕੇਟ ਧਾਮੀ ਸਾਹਿਬ ਨੂੰ ਅਤੇ ਐਗਜੈਕਟਿਵ ਕਮੇਟੀ ਨੂੰ ਕਿਹਾ ਵੀ ਇਸ 'ਤੇ ਕਾਰਵਾਈ ਕਰੋ। ਉਹਨਾਂ ਨੇ ਕਿਉਂ ਨਹੀਂ ਆਦੇਸ਼ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਇਸ 'ਤੇ ਸਿੱਧੀ ਕਾਰਵਾਈ ਕਰੋ? ਬੜੀ ਸਿੰਪਲ ਅਤੇ ਸਪਸ਼ਟ ਜਿਹੀ ਗੱਲ ਬਣਦੀ ਆ ਪੰਥਕ ਧਿਰਾਂ, ਔਰ ਕਾਰਵਾਈ ਤਾਂ ਸਿਆਸੀ ਪੱਧਰ 'ਤੇ ਹੀ ਹੋਣੀ ਆ ਨਾ। ਕਿਉਂ ਨਹੀਂ ਕਿਹਾ ਕਿ FIR ਦਰਜ ਕਰਾਓ? ਕਿਉਂ ਨਹੀਂ ਕਿਹਾ ਕਿ FIR ਦਰਜ ਕਰਾ ਕੇ ਦੋਸ਼ੀਆਂ ਨੂੰ ਕਟਹਿਰੇ 'ਚ ਟੰਗੋ? ਹੋਣਾ ਚਾਹੀਦਾ ਸੀ ਨਾ, ਨਹੀਂ ਹੋਇਆ। ਉਹਨਾਂ ਨੇ ਨਵੇਂ ਨਵੇਂ ਹੱਥਕੰਡੇ ਵਰਤ ਦਿੱਤੇ, ਦੇਖੋ ਜੀ ਕੋਟਨੇ ਦੇ ਭੋਗ 'ਤੇ ਫਲਾਂ ਜੱਥਾ ਗਿਆ ਸੀ ਜਿਹੜਾ ਹੁਣ ਉਹ ਪੰਥਕ ਬਣਿਆ ਫਿਰਦਾ, ਫਿਰ ਜੀ ਉਹਨਾਂ SGPC ਨੇ, ਹੁਣ ਸਾਰਾ ਕੁਛ ਸਪਸ਼ਟ ਹੋ ਚੁੱਕਾ। SGPC ਦੀ ਚਿੱਠੀ ਵੀ ਸਾਹਮਣੇ ਆ ਚੁੱਕੀ ਹੈ। ਹੁਣ ਗਰੇਵਾਲ ਵੀ ਅਤੇ ਧਾਮੀ ਵੀ ਅਤੇ ਸੁਖਬੀਰ ਬਾਦਲ ਵੀ ਅਤੇ ਇਹ ਸਾਰੇ ਮੁਜ਼ਾਰੇ ਚੁੱਪ ਨੇ। ਚਿੱਠੀ ਸਾਹਮਣੇ ਆ ਗਈ, ਮੈਂ ਵੀ ਤੁਹਾਨੂੰ ਦਿਖਾ ਦਿੰਦਾ, ਵੈਸੇ ਤੁਸੀਂ ਸਾਰੀਆਂ ਦੇਖ ਚੁੱਕੇ ਹੋ। ਫਿਰ ਵੀ ਸਾਡਾ ਤਾਂ ਹੈਗਾ ਕਿ ਅਸੀਂ ਤਾਂ ਹੋਕਾ ਦਿੰਦੇ ਰਹਿਣਾ ਹੈ, ਜਾਗਦੇ ਰਹੋ, ਇਸ ਲਈ ਫਿਰ ਦਿਖਾ ਦਿੰਦਾ, ਦੇਖ ਲਓ। ਟਿੱਕ ਕੀਤੀ ਹੋਈ ਹੈ ਸਰਦਾਰ ਬਲਦੇਵ ਸਿੰਘ ਵਡਾਲਾ ਦੀ ਡਿਊਟੀ ਲੱਗੀ, ਉਹਦੇ ਪੁੱਤਰ ਦਾ ਟੈਲੀਫੋਨ ਨੰਬਰ ਅਤੇ ਐਡਰੈਸ ਵੀ ਦਿੱਤਾ ਕਿ ਉੱਥੇ ਜਾ ਕੇ ਕੀਰਤਨ ਕਰੋ। ਅਤੇ ਕਿਹਨੇ ਡਿਊਟੀ ਲਵਾਈ? ਇਹ ਗੁਰਬਚਨ ਸਿੰਘ ਜੀ ਨੇ ਤਾਂ ਲਵਾਈ ਨਹੀਂ ਸੀ, ਜਿਵੇਂ ਇੱਕ ਗੱਪੀ ਨੇ ਗੱਪ ਛੱਡੀ ਸੀ। ਇਹ ਡਿਊਟੀ ਤਾਂ ਫਿਰ ਜਾਂ ਤਾਂ ਗੁਰਦੁਆਰਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਲਾਉਂਦੇ ਨੇ ਜਾਂ ਰਾਗੀਆਂ ਦੇ ਇੰਚਾਰਜ ਲਾਉਂਦੇ ਨੇ, ਅਤੇ ਉਹਨਾਂ ਨੂੰ ਕੌਣ ਕਹਿੰਦਾ? ਉਹਨਾਂ ਨੂੰ ਉਹਨਾਂ ਦੇ ਆਕਾ ਕਹਿੰਦੇ ਨੇ, ਅਤੇ ਆਕਾ ਨੂੰ ਕਿਹਨੇ ਕਿਹਾ ਹੋਣਾ? ਆਕਾ ਨੂੰ ਆਕਾ ਦੇ ਆਕਾ ਨੇ ਕਿਹਾ ਹੋਣਾ ਜਿਸ ਦੇ ਮੁਜ਼ਾਰੇ ਨੇ? ਬੜੀ ਸਿੱਧੀ ਅਤੇ ਸਪਸ਼ਟ ਜਿਹੀ ਗੱਲ। ਹੁਣ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਕੇਸ 'ਚ ਸਿੱਧੇ ਗਵਾਹ ਨੇ, ਔਰ ਉਹ ਸਵਰਨ ਘੋਟਨੇ ਨੂੰ ਕਹਿ ਸਕਦੇ ਨੇ ਕਿ ਬਈ ਸਵੱਛ ਬਸਤਰ ਵੀ ਦਿਓ, ਰੋਜ਼ਾਨਾ ਰੋਟੀ ਵੀ ਕਰਵਾਉਣ ਦੀ ਇਜਾਜ਼ਤ ਦਿਓ, ਅਤੇ
ਸਵਰਨ ਸਿੰਘ ਘੋਟਲਾ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਵੀ ਮੇਰੇ ਕੋਲ ਹੈ ਹੀ ਨਹੀਂ ਉਹ, ਉਹ ਕਹਿੰਦਾ ਜੀ, ਅਤੇ ਜੀ ਕਹਿਣ ਦਾ ਮਤਲਬ ਹੈਗਾ ਕਿ ਵੀ ਉਹਨੇ ਇਨਸਾਫ ਕਰ ਲਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਪੁਲਿਸ ਹਿਰਾਸਤ 'ਚ ਆ ਅਤੇ ਉਹਨਾਂ ਨੇ ਚੁੱਕਿਆ ਹੋਇਆ। ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੇ ਢਿੱਡੋ ਪੰਥਕ ਹੁੰਦੇ, ਆ ਜਿਹੜੇ ਕਹਿੰਦੇ ਨੇ ਜਾਣੇ ਅਣਜਾਣੇ ਗਲਤੀਆਂ ਦੀਆਂ ਮੈਂ ਵਿਆਖਿਆ ਕਰ ਰਿਹਾ, ਜੇ ਜਾਣੇ ਅਣਜਾਣੇ ਵਿੱਚ ਇਹ ਗਲਤੀ ਆਉਂਦੀ ਹੈ, ਜੇ ਉਹ ਢਿੱਡੋਂ ਸਾਫ਼ ਹੁੰਦੇ ਤਾਂ ਉਹ ਭਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਸਿੱਧਾ ਰਿਹਾ ਕਰਨ ਲਈ ਵੀ ਜ਼ੋਰ ਪਾ ਸਕਦੇ ਸਨ। ਜੇ ਸਵਰਨ ਘੋਟਨਾ ਉਹਨਾਂ ਦੀ ਉਹ ਗੱਲ ਮੰਨ ਰਿਹਾ ਤਾਂ ਉਹ ਗੱਲ ਵੀ ਜ਼ਰੂਰ ਮੰਨਦਾ। ਇਹਦਾ ਮਤਲਬ ਸਾਫ਼ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਕਰਨਾ ਕਰ ਦਿਉ, ਸਿੱਧਾ ਜਿਹਾ ਨਿਕਲਦਾ ਅਰਥ, ਕੋਈ ਵਲਵਲੇਵੇਂ ਵਾਲੀ ਕਹਾਣੀ ਨਹੀਂ ਹੈ। ਜੇ ਚਲੋ ਨਹੀਂ ਵੀ ਸੀ ਉਹਨਾਂ ਦੀ ਮਨਸ਼ਾ, ਤਾਂ ਉਹਨਾਂ ਨੇ ਕਿਉਂ ਨਹੀਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਛੁਡਵਾਉਣ ਦੇ ਇੰਤਜ਼ਾਮ ਕੀਤੇ, ਕਿਉਂਕਿ ਉਹ ਤਾਂ ਨਿਰਦੋਸ਼ ਸਨ, ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਸੀ। ਪਰ ਇਹਨਾਂ ਨੇ ਤਾਂ ਮਿੱਥ ਕੇ ਕਿਹਾ ਹੋਇਆ ਸੀ ਨਾ ਕਿ ਇੱਕ ਚੁਣ ਕੇ ਖਾੜਕੂ ਪੂਰੇ ਕਰਵਾਉਣੇ ਨੇ ਅਤੇ ਫਿਰ ਆਪਾਂ ਸੱਤਾ 'ਤੇ ਰਾਜ ਕਰਨਾ। ਉਹ ਰਾਜ ਕੀਤਾ ਅਤੇ ਫਿਰ ਸੱਤਾ 'ਤੇ ਰਾਜ ਕਰਕੇ ਉਸੇ ਡੈਨ ਦੇ ਬਾਕੀ ਛੋਟੇ ਬੱਚਿਆਂ ਨੂੰ ਇਹਨਾਂ ਨੇ ਡੀ ਜੀ ਪੀ ਵੀ ਲਾਇਆ, ਉਹ ਸਾਰੇ ਡੈਨ ਦੇ ਬੱਚੇ ਜੇ, ਉਹਨਾਂ ਨੂੰ ਬਚਾਇਆ ਵੀ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਵੀ ਦਿੱਤੇ ਅਤੇ ਉਹਨਾਂ ਨੂੰ ਹੋਰ ਖਾੜਕੂ ਮਾਰਨ ਦਾ ਲਾਇਸੈਂਸ ਵੀ ਦਿੱਤਾ ਅਤੇ ਕਲੀਨ ਚਿੱਟਾਂ ਵੀ ਦਿੱਤੀਆਂ। ਅਤੇ ਜਿਨ੍ਹਾਂ ਨੂੰ ਸਜ਼ਾਵਾਂ ਹੋ ਗਈਆਂ ਸੀ ਉਹਨਾਂ ਦੀਆਂ ਸਜ਼ਾਵਾਂ ਮਾਫ਼ ਵੀ ਕੀਤੀਆਂ। ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਕਦੇ ਇਨਕੁਆਇਰੀ ਬੈਠੇ, ਪੰਥਕ ਕਮਿਸ਼ਨ ਬੈਠੇ ਤਾਂ ਹੀ ਹੋਏਗਾ ਇਸ ਮੁੱਦੇ 'ਤੇ ਨਿਪਟਾਰਾ। ਬਹੁਤ ਕੁਛ ਹੈ ਪੰਥ ਕੋਲ, ਬਹੁਤ ਕੁਛ ਹੈ ਪਿੰਡਾਂ 'ਚ ਰਹਿਣ ਵਾਲੇ ਸਿੱਖਾਂ ਕੋਲ, ਪਰਿਵਾਰਾਂ ਕੋਲ, ਜਿਨ੍ਹਾਂ ਨੇ ਆਪਣੇ ਟੱਬਰ ਦੇ ਟੱਬਰ ਤਬਾਹ ਕਰਾਏ ਨੇ। ਪਰ ਇੱਕ ਗੱਲ ਸਪੱਸ਼ਟ ਹੈ ਕਿ ਅਸੀਂ ਡੈਨ ਦੇ ਘਰ ਤੋਂ ਆਪਣੇ ਬੱਚਿਆਂ ਦੀ ਅਤੇ ਇਨਸਾਫ ਦੀ ਉਮੀਦ ਛੱਡ ਦਈਏ, ਅਤੇ ਡੈਨ ਦੇ ਜਿਹੜੇ ਆ ਹਾਕਰ ਬਣੇ ਹੋਏ ਨੇ ਸੱਤਾਧਾਰੀ ਲੋਕ, ਇਹਨਾਂ ਤੋਂ ਅਗਵਾਈ ਦੀ ਮੁਕਤੀ ਲੈ ਲਈਏ, ਤਾਂ ਹੀ ਪੰਥ ਬਚੇਗਾ, ਨਹੀਂ ਤਾਂ ਪੰਥ ਵੀ ਡੈਨ ਦੇ ਮੂੰਹ ਵਿੱਚ ਹੀ ਜਾਏਗਾ। ਇਹ ਗੱਲ ਯਕੀਨੀ ਜੇ। ਹੁਣ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਕਰਨਾ ਚਾਹੁੰਦਾ, ਜਦ ਐੱਸ ਜੀ ਪੀ ਸੀ ਦੀ ਚਿੱਠੀ ਸਾਹਮਣੇ ਆ ਗਈ ਤਾਂ ਹੁਣ ਕਿਉਂ ਨਹੀਂ ਐੱਸ ਜੀ ਪੀ ਸੀ ਨੂੰ ਦੋਸ਼ੀਆਂ ਦੇ ਕਟਹਿਰੇ 'ਚ ਖੜਾ ਕੀਤਾ ਜਾਂਦਾ? ਕਿਉਂਕਿ ਭਾਈ ਬਲਦੇਵ ਸਿੰਘ ਵਡਾਲੇ ਦਾ ਤਾਂ ਉਸ ਵੇਲੇ ਦਾ ਬਿਆਨ ਹੈ, ਮੈਨੂੰ ਵੀ ਚੰਗੀ ਤਰ੍ਹਾਂ ਯਾਦ ਆ ਕਿ ਉਹ ਨਹੀਂ ਸੀ ਗਏ, ਉਹਨਾਂ ਨੇ ਠੋਕ ਕੇ ਕਹਿ ਦਿੱਤਾ ਸੀ ਕਿ ਮੈਂ ਕਿਸੇ ਪੰਥ ਦੋਸ਼ੀ ਦੇ ਘਰੇ ਕੀਰਤਨ ਕਰਨ ਨਹੀਂ ਜਾਵਾਂਗਾ। ਅਤੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੀ ਕਿੰਨੀ ਕੁ ਬਾਂਹ ਫੜ ਲਈ ਕਿਸੇ ਨੇ, ਉਹਨਾਂ ਦੀ ਇਸ ਪੱਧਰ 'ਤੇ ਉਸ ਮਾਹੌਲ 'ਚ ਅਜਿਹਾ ਨਿਰਣਾ ਕਰਨਾ ਆਸ ਤੋਂ ਬਿਲਕੁਲ ਹੀ ਬੇਅਸਾਸ ਆ, ਜੇ ਉਮੀਦ ਹੀ ਨਹੀਂ ਸੀ। ਪਰ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਵਿਚਾਰਧਾਰਕ ਜੰਗ ਦਾ ਉਹਨਾਂ ਨੇ ਕਿੱਲਾ ਗੱਡਿਆ ਸੀ ਉਸ ਵਕਤ ਵੀ। ਅਸੀਂ ਕਿੰਨੀ ਕੁ ਇਸ ਚੀਜ਼ ਦੀ ਅਹਿਮੀਅਤ ਸਮਝੀ, ਚਲੋ ਇਹਨੂੰ ਵੀ ਛੱਡ ਦਈਏ। ਹੁਣ ਚਿੱਠੀ 'ਤੇ ਤਾਂ ਨਿਪਟਾਰਾ ਕਰ ਦੇ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਗੁਰਬਚਨ ਸਿੰਘ ਜੀ ਵੀ ਆਉਣ ਹੁਣ ਸਾਹਮਣੇ, ਕਿਉਂਕਿ ਉਹਨਾਂ 'ਤੇ ਵੀ 50,000 ਦਾ ਦੋਸ਼ ਲਾਇਆ ਗਪੋੜੀਆਂ ਨੇ, ਅਤੇ ਉਹ ਤਾਂ ਘੱਟੋ ਘੱਟ ਹੁਣ ਪੰਥ ਦੇ ਪਾਲੇ 'ਚ ਆ ਕੇ ਇੱਕ ਮੁੱਠਤਾ ਨਾਲ ਸਹਿਯੋਗ ਕਰਨ ਨਾ, ਕਿ ਹਾਲੇ ਵੀ ਆਪਾਂ ਆਸ 'ਚ ਰੋਟੀਆਂ ਕਾਰਨ ਪੂਰਨ ਤਾਲ ਵਾਲੀ ਗੱਲ ਨਿਭਾਉਂਦੇ ਰਹਾਂ। ਚਲੋ ਮੈਂ ਅੱਜ ਗੱਲ ਤੁਹਾਡੇ ਨਾਲ ਇੱਕ ਹੋਰ ਕਰਨੀ ਚਾਹੁੰਦਾ, ਇਹ ਤਾਂ ਹੋ ਗਈ। ਭਾਈ ਗੁਰਦੇਵ ਸਿੰਘ ਕੌਂਕੇ ਤੋਂ ਠੀਕ 3 ਸਾਲ ਪਹਿਲਾਂ
ਭਾਈ ਗੁਰਦੇਵ ਸਿੰਘ ਕੌਮਕੇ ਦਾ 1 ਜਨਵਰੀ 1993 ਨੂੰ ਕਤਲ ਕੀਤਾ ਜਾਂਦਾ ਬੈਰਮੇ ਨਾਲ। ਹੋਰ ਉਹ ਕਿਉਂ ਹੁੰਦਾ ਕੀ ਹੁੰਦਾ, ਮੈਂ ਪਹਿਲੇ ਸਭ ਤੋਂ ਪਹਿਲੀ ਵੀਡੀਓ 'ਚ ਤੁਹਾਨੂੰ ਕਿਹਾ ਸੀ, ਉਸ ਵੀਡੀਓ 'ਚ ਜਿਸ ਵਿੱਚ ਕਿਹਾ ਸੀ ਕਿ ਬਸੰਤ ਸਿੰਘ ਜਫਰਵਾਲ ਜੀ ਨੂੰ ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਹੀ ਸਵਾਲ ਕੀਤਾ ਗਿਆ, ਸਾਡੇ ਹੀ ਪ੍ਰਤੀਨਿਧ ਨੇ ਕੀਤਾ ਸੀ, ਬਾਕੀ ਪੱਤਰਕਾਰ ਤਾਂ ਗੁਣਮੁਣ ਚੁੱਪ ਚਾਪ ਰਹਿੰਦੇ ਨੇ, ਕਿ ਭਾਈ ਉਸ ਵੇਲੇ ਭਾਈ ਗੁਰਦੇਵ ਸਿੰਘ ਕੌਂਕੇ ਨੇ ਸੋ ਕਾਲਡ ਖਾਲਿਸਤਾਨੀ ਸਰਕਾਰ ਬਣਾਉਣ ਅਤੇ ਖਾਲਿਸਤਾਨ ਦੇ ਐਲਾਨ ਤੋਂ ਮਨ੍ਹਾ ਕੀਤਾ ਸੀ ਅਤੇ ਸਹਿਮਤੀ ਜਤਾਈ ਸੀ, ਅਤੇ ਫਿਰ ਵੀ ਤੁਸੀਂ ਕਿਉਂ ਕੀਤਾ ਅਤੇ ਫਿਰ ਉਸ ਦੀ ਉਸ ਵੇਲੇ ਵੀ ਗ੍ਰਿਫਤਾਰੀ ਕਿਉਂ ਕਰਵਾਈ? ਕਹਿੰਦੇ ਅੱਜ ਆ ਮੌਕਾ ਨਹੀਂ, ਫਿਰ ਕਦੇ ਗੱਲ ਕਰਾਂਗੇ। ਫਿਰ ਕਿੱਥੋਂ ਕਰੋਗੇ, ਇੰਨੇ ਸਾਲ ਤਾਂ ਬਿਤਾ ਦਿੱਤੇ, ਕੌਮ ਦਾ ਕਾਨ ਕਰਵਾ ਲਿਆ। ਚਲੋ ਹੁਣ ਉਸੇ ਤਰਜ਼ 'ਤੇ ਹੀ ਇੱਕ ਕਤਲ ਹੋਰ 3 ਜਨਵਰੀ 1990 ਨੂੰ ਹੋਇਆ ਸੀ। ਉਸ ਵਿੱਚ ਵੀ ਪੰਥਕ ਧਿਰਾਂ ਵੱਲ ਹੀ ਸ਼ੱਕ ਦੀ ਸੂਈ ਜਾਂਦੀ ਆ, ਸਿੱਧੀ ਜਾਂਦੀ ਆ। ਔਰ ਉਹ ਕਤਲ ਕਰਵਾਉਣ ਵਾਲੇ ਵੀ ਜਿੱਥੇ ਸਰਕਾਰ ਪੰਜਾਬ ਦੇ ਇਹੀ ਡੈਨ ਘਰ ਸੀ ਪੰਜਾਬ ਦੀ, ਪਰ ਕਰਨ ਵਾਲਿਆਂ ਵਿੱਚ ਸਿੱਧੇ ਤੌਰ 'ਤੇ ਚੰਦ ਖਾੜਕੂ ਵੀ ਸੀ। ਸਭ ਦਾ ਅਤਾ ਪਤਾ, ਸਾਰਿਆਂ ਦਾ ਵਿਵਹਾਰ, ਸਭ ਦੀ ਇੰਟਰੋਗੇਸ਼ਨ ਪੰਜਾਬ ਸਰਕਾਰ ਕੋਲ ਮੌਜੂਦ ਆ। ਉਸ ਕਤਲ 'ਤੇ ਗੱਲ ਕਿਉਂ ਨਹੀਂ ਕੀਤੀ ਜਾਂਦੀ ਜਦ ਇੱਕ ਕਤਲ ਦੀ ਇੰਕੁਆਇਰੀ ਸਾਹਮਣੇ ਆ ਗਈ ਹੈ? ਅਤੇ ਉਸ ਦੀ ਤਾਂ ਇੰਕੁਆਇਰੀ ਵੀ ਨਹੀਂ ਕਰਵਾਈ ਪੰਜਾਬ ਸਰਕਾਰ ਨੇ। ਹੋਰ ਉਹ ਵੀ ਬੜਾ ਮਹਾਨ ਲੀਡਰ ਸੀ, ਪੰਥਕ ਲੀਡਰ ਸੀ, ਅਤੇ ਉਹ ਵੀ ਇੱਕ ਅਜਿਹਾ ਕਤਲ ਸੀ ਕਿ ਜਿਸ ਨਾਲ ਅਗਰ ਉਸ ਦੀ ਸੱਚਾਈ ਸਾਹਮਣੇ ਆਉਂਦੀ ਤਾਂ ਉਹ ਪੂਰੀ ਦੀ ਪੂਰੀ ਪੰਥ ਦੀ ਸੱਚਾਈ ਪ੍ਰਗਟ ਹੋਣੀ ਸੀ ਅਤੇ ਮੰਨਿਆ ਜਾਣਾ ਸੀ ਕਿ ਪੰਥ ਦਾ ਕਤਲ ਕੀਤਾ ਗਿਆ। ਉਹ ਸ਼ਖਸ ਕੌਣ ਸੀ? ਉਹ ਸ਼ਖਸ ਸੀ ਸ਼ਹੀਦ ਭਾਈ ਜਗਦੇਵ ਸਿੰਘ ਜੀ ਖੁੱਡੀਆਂ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ 9th ਲੋਕ ਸਭਾ 1999 ਵਿੱਚ, ਅਤੇ 3 ਜਨਵਰੀ 1990 ਨੂੰ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ। ਉਹਨਾਂ ਦੀ ਲਾਸ਼ ਵੀ ਜਿਵੇਂ ਇਹ ਨਹਿਰ 'ਚ ਟੋਟੇ ਟੋਟੇ ਕਰਕੇ ਤੋੜ ਦਿੱਤੀ ਗਈ, ਉਹ ਵੀ ਇੰਝ ਤੋੜ ਦਿੱਤੀ ਗਈ। ਬਾਅਦ ਵਿੱਚ ਬੜੇ ਖਾੜਕੂ ਆਏ ਸਾਹਮਣੇ, ਬਹੁਤ ਕੁਛ ਹੋਇਆ, ਸਾਰਾ ਕੁਛ ਪੰਜਾਬ ਪੁਲਿਸ ਨੂੰ ਪਤਾ, ਪਰ ਪੰਜਾਬ ਸਰਕਾਰ ਨੇ ਇਨਕੁਆਇਰੀ ਨਹੀਂ ਕੀਤੀ। ਉਸ ਵੇਲੇ ਮੈਂ ਜੇਲ੍ਹ 'ਚ ਸੀ, ਜਿਸ ਵੇਲੇ ਮੈਂ ਜੇਲ੍ਹ ਤੋਂ ਬਾਹਰ ਛੁੱਟ ਕੇ ਆਇਆ, ਕਿਉਂਕਿ 9th ਲੋਕ ਸਭਾ 'ਚ ਮੈਂ ਵੀ ਮੈਂਬਰ ਪਾਰਲੀਮੈਂਟ ਬਣਿਆ, ਅਸੀਂ ਜ਼ੋਰ ਲਾਇਆ, ਮੈਂ ਅਤੇ ਹੋਰ ਕੁਛ ਇੱਕ ਜਨਤਾ ਦਲ ਦੇ ਸਮਾਜਵਾਦੀ ਜਿਹੜੇ ਮੈਂਬਰ ਪਾਰਲੀਮੈਂਟ ਸੀ ਅਤੇ ਕੁਛ ਇੱਕ ਦ੍ਰਾਵਿੜ ਮੈਂਬਰ ਪਾਰਲੀਮੈਂਟ ਨਾਲ ਮਿਲ ਕੇ, ਕਿ ਭਾਈ ਜਗਦੇਵ ਸਿੰਘ ਖੁੱਡੀਆਂ ਦੇ ਕਤਲ ਦੀ ਘੱਟੋ ਘੱਟ ਪਾਰਲੀਮਾਨੀ ਤੌਰ 'ਤੇ ਜਾਂਚ ਤਾਂ ਹੋਣੀ ਚਾਹੀਦੀ ਹੈ, ਪਾਰਲੀਮੈਂਟਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਦਾ ਕਤਲ ਕੀਤਾ ਗਿਆ। ਪੰਜਾਬ ਸਰਕਾਰ ਸੁੱਕ ਹੈ, ਚੁੱਪ ਹੈ, ਗਵਰਨਰ ਚੁੱਪ ਹੈ, ਪੰਜਾਬ ਪੁਲਿਸ ਚੁੱਪ ਹੈ, ਉਸਦੀ ਪਾਰਟੀ ਵੀ ਚੁੱਪ ਹੈ। ਅਹਿਮ ਗੱਲ, ਉਹਦੀ ਪਾਰਟੀ ਕਿਹੜੀ ਸੀ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਅਤੇ ਭਾਈ ਜਗਦੇਵ ਸਿੰਘ ਖੁੱਡੀਆਂ ਦੇ ਲੀਡਰ ਕੌਣ ਸਨ? ਸਰਦਾਰ ਸਿਮਰਨਜੀਤ ਸਿੰਘ ਜੀ ਮਾਨ। ਉਹਨਾਂ ਨੇ ਵੀ ਇੱਕ ਵਾਰੀ ਵੀ ਇਨਕੁਆਇਰੀ ਦੀ ਡਿਮਾਂਡ ਨਹੀਂ ਕੀਤੀ, ਕੋਈ ਜੁਡੀਸ਼ੀਅਲ ਇਨਕੁਆਇਰੀ ਵੀ ਨਹੀਂ ਹੋਈ, ਕੋਈ ਪੁਲਿਸ ਇਨਕੁਆਇਰੀ ਵੀ ਨਹੀਂ ਹੋਈ। ਕਮਾਲ ਦੀ ਗੱਲ ਹੈ ਨਾ, ਇੱਕ ਪ੍ਰਤੀਨਿਧ, ਲੋਕ ਸਭਾ ਦਾ ਪ੍ਰਤੀਨਿਧ ਜਿਹੜਾ 10 ਲੱਖ ਵੋਟਾਂ ਦਾ ਪ੍ਰਤੀਨਿਧਿਤਵ ਕਰਦਾ, ਨੁਮਾਇੰਦਗੀ ਕਰਦਾ,
ਅਤੇ ਘੱਟੋ ਘੱਟ 8 ਜਾਂ 9 ਵਿਧਾਨ ਸਭਾਈ ਹਲਕਿਆਂ ਦੀ ਲੋਕ ਉਸ ਦੀ ਨੁਮਾਇੰਦਗੀ ਹੇਠਾਂ ਆਉਂਦੇ ਨੇ ਅਤੇ ਉਹ ਵੋਟਰ ਤਾਂ 10 ਲੱਖ ਦੇ ਪਿੱਛੇ ਹੈ ਪਰ ਜਿਹੜੇ ਲੋਕ ਨੇ ਉਹ ਘੱਟੋ ਘੱਟ 25 ਤੋਂ 30 ਲੱਖ ਆਬਾਦੀ ਦੀ ਉਹ ਨੁਮਾਇੰਦਗੀ ਕਰਦਾ ਅਤੇ ਉਸੇ ਦੀ ਨੁਮਾਇੰਦਾ ਪਾਰਟੀ ਆਪਣੇ ਮੈਂਬਰ ਪਾਰਲੀਮੈਂਟ ਦੇ ਕਤਲ 'ਤੇ ਇੱਕ ਵੀ ਵਾਰ ਇਨਕੁਆਇਰੀ ਨਹੀਂ ਮੰਗਦੀ ਇੱਕ ਵਾਰ ਵੀ ਗਵਰਨਰ ਨੂੰ ਨਹੀਂ ਮਿਲਦੀ ਪੰਜਾਬ ਪੁਲਿਸ ਤੋਂ ਇਨਕੁਆਇਰੀ ਨਹੀਂ ਕਰਾਉਂਦੀ CBI ਦੀ ਇਨਕੁਆਇਰੀ ਨਹੀਂ ਕਰਾਉਂਦੀ ਕੋਈ ਨੋਟਿਸ ਨਹੀਂ ਲਿਆ ਜਾਂਦਾ ਜਿਸ ਵੇਲੇ ਦਾਸ ਨੇ ਪਾਰਲੀਮੈਂਟਰੀ ਇਨਕੁਆਇਰੀ ਬਿਠਵਾਈ ਤਾਂ ਕਮਾਲ ਹੋ ਗਈ ਕਮਾਲ ਇਹ ਹੋ ਗਈ ਕਿ ਘੱਟ ਤੋਂ ਘੱਟ 3 ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟਰੀ ਇਨਕੁਆਇਰੀ ਕਮਿਸ਼ਨ ਨੇ ਬਿਆਨ ਦੇਣ ਲਈ ਅਤੇ ਡਾਕੂਮੈਂਟਸ ਦੇਣ ਲਈ ਸੱਦਿਆ ਜਿਵੇਂ ਅੱਜ ਕੱਲ੍ਹ ਕੇਜਰੀਵਾਲ ED ਸਾਹਮਣੇ ਨਹੀਂ ਨਾ ਪੇਸ਼ ਹੋ ਰਿਹਾ ਉਵੇਂ ਹੀ ਉਸ ਵੇਲੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਪਾਰਲੀਮੈਂਟਰੀ ਕਮੇਟੀ ਅੱਗੇ ਵੀ ਨਹੀਂ ਪੇਸ਼ ਹੋਏ ਆਪਣੇ ਹੀ ਮੈਂਬਰ ਦੇ ਕਤਲ ਦੇ ਮਾਮਲੇ 'ਚ ਆਪਣੇ ਹੀ ਮੈਂਬਰ ਪਾਰਲੀਮੈਂਟ ਦੇ ਕਤਲ ਦੇ ਮਾਮਲੇ 'ਚ ਅਤੇ ਤੁਸੀਂ ਇਹਨਾਂ ਇੱਲਾਂ ਦੇ ਆਲਣੇ ਵਿੱਚੋਂ ਕੁਛ ਭਾਲਦੇ ਹੋ ਇਹਨਾਂ ਡੈਨ ਦੇ ਘਰਾਂ ਵਿੱਚੋਂ ਤੁਸੀਂ ਪੰਥ ਲਈ ਆਸਾਂ ਰੱਖਦੇ ਹੋ ਮੈਂ ਤਾਂ ਅਚੰਬਤ ਹਾਂ ਫਿਰ ਅਚੰਬਤ ਇੱਕ ਗੱਲ ਤਾਂ ਹੋਰ ਵੀ ਹਾਂ ਮੈਂ ਇਸ ਵਿਸ਼ੇ ਨੂੰ ਅੱਗੇ ਜ਼ਿਆਦਾ ਲੰਮਾ ਲੈ ਕੇ ਨਹੀਂ ਜਾਣਾ ਚਾਹੁੰਦਾ ਠੋਕਵੀਂ ਗੱਲ ਕਰਨਾ ਚਾਹੁੰਦਾ ਸਿਰਫ ਪਾਰਲੀਮੈਂਟਰੀ ਰਿਪੋਰਟ ਜਿਹਨੂੰ ਚਾਹੀਦੀ ਹੈ 9th ਲੋਕ ਸਭਾ ਦੇ ਪਾਰਲੀਮੈਂਟਰੀ ਸੈਸ਼ਨਸ ਵਿੱਚ ਲੋਕ ਸਭਾ ਦੀ ਵੈਬਸਾਈਟ 'ਤੇ ਓਪਨ ਹੈ ਉਸ ਵੇਲੇ ਜਾਰੀ ਕਰ ਦਿੱਤੀ ਗਈ ਸੀ ਲੋਕ ਸਭਾ 'ਚ ਵੀ ਰੱਖ ਦਿੱਤੀ ਗਈ ਸੀ ਭਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲ ਵੀ ਹੈ ਔਰ ਜਿਹੜੇ ਬਾਕੀ ਲੋਕ ਸਭਾ ਮੈਂਬਰ ਚੁਣੇ ਗਏ ਸੀ ਚਾਹੇ ਉਹ ਧਿਆਨ ਸਿੰਘ ਮੰਡ ਨੇ ਚਾਹੇ ਰਾਜਦੇਵ ਸਿੰਘ ਜੀ ਨੇ ਸਾਰਿਆਂ ਕੋਲ ਹੀ ਹੈ ਉਹਨਾਂ ਦੀ ਰਿਪੋਰਟ ਕਿਉਂਕਿ ਉਹ ਛਾਇਆ ਕੀਤੀ ਗਈ ਸੀ ਉਸ ਵਿੱਚ ਬਾਕਾਇਦਾ ਦਰਜ ਆ ਕੇ ਸਿਮਰਨਜੀਤ ਸਿੰਘ ਮਾਨ ਆਏ ਨਹੀਂ ਕਿਉਂ ਨਹੀਂ ਆਏ ਕੀ ਵਜ੍ਹਾ ਸੀ ਕਿ ਉਹਨਾਂ ਦੀ ਵੀ ਇਸ ਕਤਲ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਕੋਈ ਸਹਿਮਤੀ ਹੈ ਸੀ ਅਸਹਿਮਤੀ ਹੁੰਦੀ ਤਾਂ ਉਹ ਪ੍ਰਗਟ ਹੁੰਦੇ ਤਥਾ ਕਥਾ ਤੌਰ 'ਤੇ ਮੈਂ ਕਹਿ ਰਿਹਾ ਮੈਨੂੰ ਨਹੀਂ ਪਤਾ ਪਰ ਆ ਸਿਮਰਨਜੀਤ ਸਿੰਘ ਮਾਨ ਜੀ ਨੂੰ ਕਿਉਂ ਨਹੀਂ ਉਸ 'ਤੇ ਵੀ ਬਿਆਨ ਦੇਣਾ ਚਾਹੀਦਾ ਕਿਉਂ ਨਹੀਂ ਹੈ ਭਾਈ ਜਗਦੇਵ ਸਿੰਘ ਖੁੱਡੀਆਂ ਦੀ ਰਿਪੋਰਟ ਉਹਨਾਂ ਨੇ ਹੁਣ ਤੱਕ ਦੱਬੀ ਰੱਖੀ ਹੈ ਉਸ 'ਤੇ ਕਾਰਵਾਈ ਕਿਉਂ ਨਹੀਂ ਹੋਈ ਜਿਵੇਂ ਭਾਈ ਕਾਂਕੇ ਜੀ ਦੀ ਰਿਪੋਰਟ ਉਹਨਾਂ ਨੇ 10 ਸਾਲ ਦੱਬੀ ਰੱਖੀ ਕਾਰਵਾਈ ਨਹੀਂ ਕੀਤੀ ਅਤੇ ਹੁਣ ਜੇ ਕਾਰਵਾਈ ਮੰਗ ਰਹੇ ਹੋ ਤਾਂ ਅਸੀਂ ਉਹਨਾਂ ਤੋਂ ਮੰਗ ਰਹੇ ਹਾਂ ਜਿਹੜੇ ਖੁਦ ਦੋਸ਼ੀ ਨੇ ਇਹ ਮੁੱਦੇ ਪੰਥ ਨੂੰ ਵਿਚਾਰ ਲੈਣੇ ਚਾਹੀਦੇ ਨੇ ਅਤੇ ਭਾਈ ਜਗਦੇਵ ਸਿੰਘ ਖੁੱਡੀਆਂ ਦਾ ਮਾਮਲਾ ਵੀ ਖੋਲ੍ਹਣਾ ਚਾਹੀਦਾ ਇਹ ਪੰਥ ਲਈ ਬਹੁਤ ਹੀ ਅਹਿਮ ਮਾਮਲਾ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਭਾਈ ਜਗਦੇਵ ਸਿੰਘ ਖੁੱਡੀਆਂ ਨੂੰ ਇਸ ਲਈ ਮਰਵਾਇਆ ਗਿਆ ਕਿਉਂਕਿ ਇੱਕ ਤਾਂ ਉਹ ਸਰਕਾਰ ਦੇ ਸਾਹਮਣੇ ਔਰ ਉਸ ਵੇਲੇ ਦੀ ਵਿਵਸਥਾ ਦੇ ਸਾਹਮਣੇ ਬੜੀ ਵੱਡੀ ਚੁਣੌਤੀ ਸਨ ਦੂਸਰੇ ਉਹ ਖਾੜਕੂਆਂ ਦੇ ਸਾਹਮਣੇ ਵੀ ਬੜੀ ਵੱਡੀ ਚੁਣੌਤੀ ਸਨ ਅਤੇ ਤੀਸਰੇ ਅਪ੍ਰੈਲ ਵਿੱਚ ਉਹਨਾਂ ਨੂੰ ਹੁਣ ਬੜੀ ਵੱਡੀ ਗੱਲ ਮੈਂ ਕਹਿਣ ਜਾ ਰਿਹਾ ਜੇ ਸਿਮਰਨਜੀਤ ਸਿੰਘ ਮਾਨ ਦੀ ਥਾਂ 'ਤੇ ਪਾਰਟੀ ਨੇ ਆਪਣਾ ਪ੍ਰਧਾਨ ਚੁਣਨ ਦਾ ਅੰਦਰ ਖਾਤੇ ਫੈਸਲਾ ਕਰ ਲਿਆ ਸੀ ਸਾਰੇ ਜਿਹੜੇ ਪਹਿਲੀ ਕਤਾਰ ਦੇ ਲੀਡਰ ਸਨ ਉਹ ਇਸ ਚੀਜ਼ 'ਤੇ ਸਹਿਮਤ ਸਨ
ਅਤੇ ਉਹਨਾਂ ਨੇ ਆਪਣੀ ਸਹਿਮਤੀ ਵਿੱਚ ਦਾਸ ਦੀ ਸਹਿਮਤੀ ਲੈਣ ਲਈ ਵੀ ਦੋ ਨੁਮਾਇੰਦੇ, ਕੋਈ ਆਮ ਪਾਰਟੀ ਦੇ ਨੁਮਾਇੰਦੇ, ਮੈਨੂੰ ਮੈਂ ਤੇਰੀ ਤਿਹਾੜ ਜੇਲ੍ਹ ਦੀ ਅਲਫਨੰਗੀ ਕੈਦ ਵਿੱਚ ਫਾਂਸੀ ਚੱਕੀਆਂ ਦੀ ਤੀਹਰੀ ਕੋਠੀਆਂ ਵਿੱਚ ਕੈਦ ਭੁਗਤ ਰਿਹਾ ਸੀ। ਉੱਥੇ ਉਹਨਾਂ ਨੇ ਮੈਨੂੰ ਸੂਚਨਾ ਵਾਸਤੇ ਮੀਟਿੰਗ ਕੀਤੀ। ਮੈਂ ਵੀ ਉਹਨਾਂ ਨੂੰ ਸਹਿਮਤੀ ਦਿੱਤੀ ਕਿ ਅਗਰ ਇੰਝ ਹੋ ਜਾਏ ਤਾਂ ਘੱਟੋ ਘੱਟ ਜਿਸ ਏਜੰਡੇ ਲਈ ਸੰਘਰਸ਼ ਚੱਲ ਰਿਹਾ ਉਹ ਏਜੰਡਾ ਜੀਵਤ ਹੋ ਜਾਏਗਾ ਅਤੇ ਉਹ ਅੱਗੇ ਵੱਧ ਜਾਏਗਾ। ਦਾਸ ਨੇ ਵੀ ਸਹਿਮਤੀ ਦਿੱਤੀ ਸੀ, ਹਾਲਾਂਕਿ ਦਾਸ ਉਹਨਾਂ ਦੀ ਪਾਰਟੀ ਦਾ ਨਹੀਂ ਸੀ। ਅਤੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਫਿਰ ਉਹਨਾਂ ਨੂੰ ਪ੍ਰਧਾਨ ਮੰਨੋਗੇ? ਮੈਂ ਕਿਹਾ ਜੀ ਬਿਲਕੁਲ ਮੰਨਾਂਗਾ, ਮੈਂ ਬਿਨਾਂ ਸ਼ਰਤ, ਬਿਨਾਂ ਕਿਸੇ ਵੀ, ਸਿਰਫ ਏਜੰਡੇ ਦੇ ਹਿਸਾਬ ਨਾਲ, ਸਿਧਾਂਤ ਦੇ ਹਿਸਾਬ ਨਾਲ ਮੈਂ ਪਾਰਟੀ ਦੀ ਹਿਮਾਇਤ ਕਰਾਂਗਾ ਅਤੇ ਪਾਰਟੀ 'ਚ ਸ਼ਾਮਿਲ ਹੋ ਜਾਵਾਂਗਾ। ਮੈਂ ਅੰਮ੍ਰਿਤਸਰ ਅਕਾਲੀ ਦਲ ਵੱਲੋਂ ਨਹੀਂ ਸੀ, ਮੈਂ ਇੰਡੀਪੈਂਡੈਂਟ ਚੁਣਿਆ ਗਿਆ ਸੀ। ਮੈਂ ਬਾਕਾਇਦਾ ਤੁਹਾਨੂੰ ਇਹ ਸੂਚਨਾ ਦੇ ਰਿਹਾ। ਅਤੇ ਅੱਜ ਮੈਨੂੰ ਹੋਰ ਸਭ ਤੋਂ ਵੱਡਾ ਅਫਸੋਸ ਹੈ ਕਿ ਭਾਈ ਜਗਦੇਵ ਸਿੰਘ ਖੁੱਡੀਆਂ ਦੇ ਬੇਟਾ, ਸਪੁੱਤਰ ਜੀ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿੱਚ ਕੈਬਿਨੇਟ ਮੰਤਰੀ ਹੈ। ਅਤੇ ਕੈਬਿਨੇਟ ਮੰਤਰੀ ਹੁੰਦੇ ਹੋਏ ਇਨਸਾਫ ਦੀ ਆਵਾਜ਼ ਬੁਲੰਦ ਕਰਦੇ ਹੋਏ, ਖਾਲਸਾ ਪੰਥ ਨੂੰ ਨਿਆਂ ਕਰਨ ਦੇ ਵਾਅਦੇ ਕਰਦੇ ਹੋਏ ਜਿਸ ਪਾਰਟੀ ਵੱਲੋਂ ਲੰਬੀ ਹਲਕੇ ਤੋਂ ਚੁਣ ਕੇ ਅੱਜ ਕੈਬਿਨੇਟ ਮੰਤਰੀ ਬਣਿਆ ਹੈ, ਉਹ ਉਹਨਾਂ ਦਾ ਸਪੁੱਤਰ ਵੀ ਆਪਣੇ ਪਿਤਾ ਦੀ ਲਈ ਕੁਛ ਵੀ ਨਹੀਂ ਕਰ ਰਿਹਾ। ਕਿਉਂ? ਮੈਂ ਇਸੇ ਲਈ ਕਹਿ ਰਿਹਾ ਕਿ ਡੈਨ ਦੇ ਘਰ ਵਿੱਚ ਜਿਹੜੇ ਹਾਕਰ ਬਣ ਜਾਂਦੇ ਨੇ ਫਿਰ ਉਹ ਵੀ ਉਹਨਾਂ ਦੇ ਹੀ ਹੋ ਜਾਂਦੇ ਨੇ। ਮੈਨੂੰ ਨਹੀਂ ਪਤਾ ਕਿ ਭਾਈ ਗੁਰਮੀਤ ਸਿੰਘ ਖੁੱਡੀਆਂ ਕਿਉਂ ਚੁੱਪ ਹੈ, ਪਰ ਉਹਨਾਂ ਦਾ ਵੀ ਹੁਣ ਬਿਆਨ ਆਉਣਾ ਚਾਹੀਦਾ। ਇੰਨੀ ਲੰਬੀ ਸਰਕਾਰ ਚੱਲ ਗਈ ਹੈ, ਘੱਟੋ ਘੱਟ ਉਹਨਾਂ ਨੂੰ ਆਪਣੇ ਪਿਤਾ ਦੀ ਇਨਕੁਆਇਰੀ ਲਈ ਤਾਂ ਡਿਮਾਂਡ ਕਰ ਲੈਣੀ ਚਾਹੀਦੀ ਹੈ, ਆਪਣੇ ਪਿਤਾ ਦੇ ਮਰਡਰ ਦੀ ਤਾਂ ਡਿਮਾਂਡ ਕਰ ਲੈਣੀ ਚਾਹੀਦੀ ਹੈ। ਜਿਸ ਸਰਕਾਰ ਵਿੱਚ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਤੁਸੀਂ ਕੈਬਿਨੇਟ ਮੰਤਰੀ ਹੋ, ਤੁਹਾਡੇ ਹੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਉਸੇ ਸਰਕਾਰ ਦੇ ਮੁੱਖ ਮੰਤਰੀ ਨੇ, ਅਤੇ ਉਹਨਾਂ ਕੋਲ ਹੀ ਗ੍ਰਹਿ ਵਿਭਾਗ ਹੈ, ਅਤੇ ਗ੍ਰਹਿ ਵਿਭਾਗ ਵਿੱਚ ਤੁਹਾਡੇ ਪਿਤਾ ਸ਼੍ਰੀ ਜੀ ਦੀਆਂ ਮਰਡਰ ਦੀਆਂ ਸਾਰੀਆਂ ਫਾਈਲਾਂ ਪਈਆਂ ਨੇ। ਪੰਜਾਬ ਸਰਕਾਰ ਨੂੰ, ਪੰਜਾਬ ਦੀ ਪੁਲਿਸ ਨੂੰ ਪਤਾ ਹੈ ਕਿ ਕਿਸ ਨੇ ਮਰਡਰ ਕੀਤਾ ਸੀ, ਕਿਉਂ ਕੀਤਾ ਸੀ ਇਹ ਵੀ ਪਤਾ ਹੈ, ਕਿੰਨੇ ਕਰਵਾਇਆ ਸੀ ਇਹ ਵੀ ਪਤਾ ਜੇ, ਅਤੇ ਹੁਣ ਕੀ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਉਹ ਫਾਈਲਾਂ ਓਪਨ ਕਰਵਾਓ ਅਤੇ ਓਪਨ ਕਰਵਾ ਕੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰੋ? ਅਸੀਂ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਕਾਤਲ ਕਹਿਣ ਅਤੇ ਕਟਹਿਰੇ 'ਚ ਖੜ੍ਹਾ ਕਰਨ ਦੀ ਮੰਗ ਕਰਦੇ ਪਏ ਹਾਂ, ਸਜ਼ਾ ਦੇਣ ਦੀ ਮੰਗ ਕਰਦੇ ਪਏ ਹਾਂ। ਇੱਥੇ ਤਾਂ ਇੱਕ ਪੁੱਤਰ ਆਪਣੇ ਪਿਓ ਦੇ ਕਾਤਲਾਂ ਦੀਆਂ ਫਾਈਲਾਂ ਕਢਾਉਣ ਨੂੰ ਵੀ ਤਿਆਰ ਨਹੀਂ ਜੇ ਹੈਗਾ, ਅਤੇ ਆਵਾ ਸਮੁੱਚੇ ਤੌਰ 'ਤੇ ਹੀ ਉੱਤਿਆ ਪਿਆ ਜੇ, ਇਹ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਇਸ ਦਾ ਜਵਾਬ ਦੇਣਾ ਹੀ ਪੈਣਾ ਹੈ। ਜੇ ਅਸੀਂ ਜਵਾਬ ਬਾਦਲਾਂ ਤੋਂ ਮੰਗਦੇ ਹਾਂ ਤਾਂ ਫਿਰ ਜਵਾਬ ਸਿਮਰਨਜੀਤ ਸਿੰਘ ਮਾਨ ਤੋਂ ਵੀ ਮੰਗਣੇ ਚਾਹੀਦੇ ਨੇ। ਜੇ ਅਸੀਂ ਜਵਾਬ ਬਾਦਲਾਂ ਔਰ ਸਿਮਰਨਜੀਤ ਸਿੰਘ ਮਾਨ ਤੋਂ ਮੰਗਦੇ ਹਾਂ ਤਾਂ ਫਿਰ ਆਮ ਆਦਮੀ ਪਾਰਟੀ ਤੋਂ ਹੀ ਮੰਗਣੇ ਪੈਣੇ ਨੇ, ਔਰ ਜੇ ਅਸੀਂ ਆਮ ਆਦਮੀ ਪਾਰਟੀ ਤੋਂ ਜਵਾਬ ਮੰਗਦੇ ਹਾਂ ਤਾਂ ਕਾਂਗਰਸ ਤੋਂ ਹੀ ਅਤੇ ਭਾਜਪਾ ਤੋਂ ਹੀ ਮੰਗਣੇ ਚਾਹੀਦੇ ਨੇ, ਔਰ ਜੇ ਅਸੀਂ ਭਾਜਪਾ ਔਰ ਕਾਂਗਰਸ ਤੋਂ ਹੀ ਜਵਾਬ ਮੰਗਦੇ ਹਾਂ ਤਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਤਤਕਾਲੀ ਰਹੇ ਸਾਰੇ ਜਥੇਦਾਰਾਂ ਅਤੇ ਸਾਰੇ ਪ੍ਰਧਾਨਾਂ ਅਤੇ ਸਾਰੇ ਐਗਜੈਕਟਿਵ ਮੈਂਬਰਾਂ ਤੋਂ ਵੀ ਜਵਾਬ ਮੰਗਣੇ ਹੀ ਚਾਹੀਦੇ ਨੇ। ਕੀ ਹੈ, ਆਪਣੇ ਆਪ ਵਿੱਚ ਸਵੈ ਸਿੱਧ ਨਹੀਂ ਹੈਗਾ ਕਿ ਸਾਰੇ ਹੀ ਡੈਨ ਨਾਲ ਰਲੇ ਹੋਏ ਨੇ ਅਤੇ ਪੰਥ ਡੈਨ ਦੇ ਘਰੋਂ ਇਨਸਾਫ ਦੀ ਉਮੀਦ ਚਾਹ ਰਿਹਾ ਅਤੇ ਦੂਜੇ ਪਾਸੇ ਸ਼ਹੀਦ ਟੱਬਰ ਡੈਨ ਦੇ ਘਰੋਂ ਆਪਣੇ ਆਪਣੇ ਪੁੱਤਰਾਂ ਦੇ ਜੀਵਤ ਵਾਪਸ ਪਰਤਣ ਦੀ ਆਸ ਲਈ ਬੈਠੇ ਨੇ ਅਤੇ ਮੇਰੇ ਵਰਗੇ ਤੁਹਾਡੇ ਵਰਗੇ ਅਤੇ ਹੋਰ ਇਨਕੁਆਇਰੀਆਂ ਕਰਨ ਵਾਲੇ ਜਿਹੜੇ ਖੁਦ ਡੈਨ ਦੇ ਸਿੱਧੇ ਜਾਂ ਸਿੱਧੇ ਤੌਰ 'ਤੇ ਸ਼ਿਕਾਰ ਗਾਹ ਨੇ, ਉਹ ਉਹਨਾਂ ਹੀ ਆਗੂਆਂ ਤੋਂ ਔਰ ਉਹਨਾਂ ਹੀ ਆਗੂਆਂ ਅੱਗੇ ਦਰਖਾਸਤਾਂ ਦੇ ਰਹੇ ਨੇ ਕਿ ਕਾਰਵਾਈ ਕਰੋ। ਥੋੜ੍ਹਾ ਜਿਹਾ ਵਿਚਾਰਨ ਵਾਲਾ ਵਿਸ਼ਾ, ਦਿਮਾਗ 'ਤੇ ਬੋਝ ਪਾਉਣ ਵਾਲੀ ਗੱਲ ਹੈ। ਥੋੜ੍ਹਾ ਬੋਝ ਪਾ ਲਿਆ ਜੇ ਅਤੇ ਇਸ ਵਿਸ਼ੇ ਨੂੰ ਹੰਗਾਲਿਆ ਜੇ, ਅਗਵਾਈ ਦਿਆ ਜੇ ਕੌਮ ਨੂੰ, ਸਿੱਖਾਂ ਨੂੰ ਵੀ ਅਤੇ ਦਾਸ ਨੂੰ ਵੀ ਕਮੈਂਟਸ ਕਰਕੇ, ਅਤੇ ਵੀਡੀਓ ਜ਼ਰੂਰ ਨਾਲੋਂ ਨਾਲ ਸ਼ੇਅਰ ਕਰ ਦਿਓ, ਇੰਨੀ ਸ਼ੇਅਰ ਕਰ ਦਿਓ ਕਿ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਤੱਕ ਤਾਂ ਪਹੁੰਚ ਜਾਏ। ਜ਼ਰੂਰੀ ਜੇ, ਬਹੁਤ ਜ਼ਰੂਰੀ ਜੇ, ਅਤੇ ਜੇ ਅਸੀਂ ਇੰਨਾ ਹੀ ਇਨਸਾਫ ਕਰ ਲਾਂਗੇ ਤਾਂ ਅਸੀਂ ਮੰਨਾਂਗੇ ਕਿ ਅਸੀਂ ਪੰਥ ਲਈ ਇੱਕ ਨਵੀਂ ਫਿਜ਼ਾ ਦੇ ਮਾਹੌਲ ਨੂੰ ਕ੍ਰੀਏਟ ਕਰਨ ਵਾਲੇ ਸਿਪਾ ਸਲਾਰ ਬਣ ਗਏ ਹਾਂ, ਅਤੇ ਇਹ ਸਿਪਾ ਸਲਾਰ ਬਣਨ ਲਈ, ਇਹ ਬੁੱਧੀ ਦੀ ਜੰਗ ਲੜਨ ਲਈ, ਇਹ ਵਿਚਾਰਾਂ ਦੀ ਜੰਗ ਲੜਨ ਲਈ, ਇਹ ਕਾਨੂੰਨ ਦੀ ਜੰਗ ਲੜਨ ਲਈ ਤੁਹਾਨੂੰ ਕਿਸੇ ਸ਼ਸਤਰ ਦੀ ਲੋੜ ਨਹੀਂ ਜੇ ਹੈਗੀ। ਅਤੇ ਜਿਹੜੀ ਜੰਗ ਦਾਸ ਤੁਹਾਨੂੰ ਕਹਿੰਦਾ ਕਿ ਵੀਡੀਓ ਸ਼ੇਅਰ ਕਰੋ, ਵਿਚਾਰ ਤਾਰਕ ਏਕਤਾ ਪੈਦਾ ਕਰੋ, ਸੰਵਾਦ ਪੈਦਾ ਕਰੋ, ਇਸ ਲਈ ਤਾਂ ਔਰ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਲੀ ਜੰਗ ਵਿੱਚ ਅਤੇ ਵਟਸਐਪ ਵਿੱਚ ਗਰੁੱਪਾਂ ਵਿੱਚ ਪਾਉਣ ਵਾਲੀ ਜੰਗ ਵਿੱਚ ਤਾਂ ਕੁਛ ਵੀ ਨਹੀਂ ਲੱਗਦਾ, ਇੱਕ ਸਿਰਫ ਇੰਨਾ ਕੋਈ ਬਟਨ ਲੱਭਦਾ ਜੇ। ਅਤੇ ਹੁਣੇ ਹੀ C5 ਪੰਥ ਖਾਲਸਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਦਾ ਬਟਨ ਜ਼ਰੂਰ ਦੱਬਿਆ ਜੇ ਅਤੇ ਕਮੈਂਟਸ ਵਿੱਚ ਆਪਣੀ ਅਗਵਾਈ ਜ਼ਰੂਰ ਦਿਆ ਜੇ। VPN ਸਰਵਰ ਡਾਊਨਲੋਡ ਕਰਕੇ C5 ਚੈਨਲ ਵੀ ਤੁਸੀਂ ਇੰਡੀਆ ਵਿੱਚ ਦੇਖ ਸਕਦੇ ਹੋ, ਉਹ ਵੀ ਜ਼ਰੂਰ ਕਰ ਲਿਆ ਜੇ। ਆਪਣੇ ਤਿੰਦਰਪਾਲ ਸਿੰਘ ਨੂੰ ਇਜਾਜ਼ਤ ਦਿਓ ਅਤੇ ਡੈਨ ਦੇ ਘਰ ਦੀ ਇਸ ਲਿਖੀ ਗਈ ਇਬਾਰਤ ਵਿੱਚ ਜਿਹੜਾ ਨੈਰੇਟਿਵ ਕੌਮ ਦਾ ਬਣਾਇਆ ਜਾ ਰਿਹਾ ਉਸ ਵਿੱਚੋਂ ਬਾਹਰ ਨਿਕਲੋ, ਤਾਂ ਹੀ ਪੰਥ ਅਵਲ ਹੋਏਗਾ ਜੇ, ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਸੀਂ ਜੁੜ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।